ਲਓ ਜੀ ਸੱਜਣੋ ਤੇ ਮਿੱਤਰੋ, ਲੈਂਦੇ ਪੰਜਾਬ ਸੋਹਣੇ ਪੰਜਾਬ ਚੈਨਲ ਤਰਫੋਂ ਮਹਿਫਲ ਮਿੱਤਰਾਂ ਦੀ ਅੱਜ ਪਹੁੰਚ ਗਈ ਹੈ ਸੂਫੀ ਗੁੱਜਰ ਦੇ ਕੋਲ। ਉਹ ਜੀ ਸੂਫੀ ਸਾਹਿਬ ਅਸਲਾਮ ਅਲੈਕੁਮ, ਮੂੰਹ ਕਰੋ ਉਧਰ ਕੈਮਰੇ ਤਰਫ, ਵਾਲੇਕੁਮ। ਸਾਰੇ ਆਪਣੇ ਦੁਨੀਆਂ ਦੇ ਜਿੱਥੇ ਤੇ ਪੰਜਾਬੀ ਬੈਠੇ ਸਲਾਮ ਕਰੋ ਉਹਨਾਂ ਨੂੰ, ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਮੁਸਲਮਾਨ ਨੇ ਸਭ ਨੂੰ ਮੇਰੀ ਤਰਫੋਂ ਸਲਾਮ। ਨਹੀਂ ਪੰਜਾਬੀ ਮੁਹਾਇਦ ਸਿੱਖ ਵੀ ਆ, ਹਿੰਦੂ ਵੀ ਆ, ਸਭ ਨੂੰ ਸਲਾਮ, ਸਭ ਸਭ ਤਨਜ਼ੀਮਾਂ ਨੂੰ ਸਲਾਮ। ਇਹ ਸੂਫੀ ਗੁਜਰ ਸਾਹਿਬ ਸ਼ੁਜਾਬਾਦ ਦੇ ਰਹਿਣ ਵਾਲੇ ਆ, ਜਿੱਥੇ ਅੰਬ ਹੁੰਦੇ ਆ, ਜਿੱਥੇ ਅੰਬ ਦੀ ਧਰਤੀ ਆ, ਉਸ ਇਲਾਕੇ ਦੇ ਰਹਿਣ ਵਾਲੇ ਆ ਜਿੱਥੇ ਕਪਾਹ ਹੁੰਦੀ ਆ। ਤੇ ਨਾਲ ਸਾਡੇ ਇਜਾਜ਼ ਗੁਜਰ ਸਾਹਿਬ, ਮੇਰੇ ਮਾਮੇ ਦਾ ਪੁੱਤ ਬੈਠਾ ਜੀ, ਇਹ ਹਰੀ ਸਿੰਘ 233 ਰਬੀ ਦੇ ਰਹਿਣ ਵਾਲੇ ਆ। ਤੇ ਬਚਪਨ ਸਾਡਾ ਇੱਥੇ ਹੀ ਇਹਨਾਂ ਪੈਲੀਆਂ 'ਚ ਖੇਡਦੇ ਗੁਜ਼ਰਿਆ ਜਨਾਬ, ਜਾਮਨਾ ਤੋੜਦੇ ਹੋਏ ਔਰ ਬੱਕਰੀਆਂ ਮਰਬੇਲੇ ਜਾਂਦੇ ਹੋਏ ਔਰ ਸ਼ਾਮ ਨੂੰ ਬੱਕਰੀਆਂ ਘਰ ਲਈ ਆਉਂਦੇ ਹੋਏ ਤੇ ਖਾਲਿਆਂ 'ਚ ਨਹਾਉਂਦੇ ਹੋਏ ਤੇ ਨਹਿਰਾਂ 'ਚ ਡੁੱਬੀਆਂ ਮਾਰਦੇ ਹੋਏ, ਜਦੋਂ ਗਰਮੀਆਂ ਨੇ ਛੁੱਟੀਆਂ ਆਉਣੀਆਂ ਦੱਸੇ ਤੇ ਪਿੰਡਾਂ ਦਾ। ਹਾਂਜੀ ਚੋਇ ਸਾਹਿਬ, ਇੱਦਾਂ ਹੀ ਗੁਜ਼ਰਿਆ, ਇੱਦਾਂ ਹੀ ਗੁਜ਼ਰਿਆ ਬਚਪਨ ਆਪਣਾ, ਇੱਦਾਂ ਹੀ ਗੁਜ਼ਰਿਆ ਜੀ। ਜਦੋਂ ਜਾਮਨਾ ਤੋੜਨੇ ਲੱਗਦਾ ਕਿ ਆਪਾਂ ਪੁਰਾਣਾ ਵੇਲਾ ਪੰਜਾਬ ਦਾ ਉਹ ਯਾਦ ਆਉਂਦਾ, ਪੰਜਾਬ ਤੇ ਹੁਣ ਸਾਡਾ ਪਿੰਡ ਜਿਹੜਾ ਪੰਜਾਬ ਦਾ ਹੈ ਸ਼ਹਿਰ ਦੇ ਵਿੱਚ ਆ ਗਿਆ ਫੈਸਲਾਬਾਦ 'ਚ, ਇਹਦੀਆਂ ਉਹ ਮੌਜਾਂ ਬਹਾਰਾਂ ਹੁਣ ਨਹੀਂ ਰਹੀਆਂ। ਅਸੀਂ ਇਹੀ ਕਹਾਂਗੇ ਜਨਾਬ, ਮਹਿਫਲ ਮਿੱਤਰਾਂ ਦੇ ਪੈਗਾਮ ਇਹੀ ਆ। ਜਿਹੜਾ ਮੋਬਾਈਲ ਆ ਸਾਡਾ, ਮਹਿਫਲ ਮਿੱਤਰਾਂ ਦਾ ਮਕਸਦ ਇਹੀ ਹੈ ਕਿ ਦੁਬਾਰਾ ਚਲੀਏ ਉਹਨਾਂ ਰਵਾਇਤਾਂ ਦੀ ਤਰਫ, ਉਹਨਾਂ ਰਸਮਾਂ ਦੀ ਤਰਫ, ਦੁਬਾਰਾ ਹੋ ਕੇ ਧਰ ਕੇ ਥੜਿਆਂ 'ਤੇ ਹੋਣ, ਬੋੜਾਂ ਥੱਲੇ ਦੁਬਾਰਾ, ਜਿਹੜੇ ਅੱਜ ਕੱਲ੍ਹ ਦੇ ਬਾਬੇ ਆ ਸੂਫੀ ਗੁਜਰ ਵਰਗੇ, ਇਹ ਮੀਆਂ ਮੁਹੰਮਦ ਬਖਸ਼ ਸਾਹਿਬ ਦੇ ਕਲਾਮ ਸੁਣਾਉਣ, ਇਹ ਆਪਣਾ ਵਾਰਿਸ ਸ਼ਾਹ ਦੀ ਹੀਰ ਸੁਣਾਉਣ, ਮੌਲਵੀ ਗੁਲਾਮ ਰਸੂਲ ਸਾਹਿਬ ਦੀ ਯੂਸਫ ਜ਼ਲਾਖਾ ਦੇ ਕਿੱਸੇ ਸੁਣਾਉਣ, ਤੇ ਦੁਬਾਰਾ ਉਦਾਂ ਹੀ ਮੇਲੇ ਸੱਜਣ ਪਿੰਡਾਂ 'ਚ, ਸਾਡੇ ਇਲਾਕਿਆਂ 'ਚ ਮੇਲੇ ਸੱਜਣ, ਲੋਕ ਜਾ ਕੇ ਇੰਜੋਏ ਕਰਨ, ਫੁੱਟਬਾਲ ਦੇ ਗਰਾਊਂਡ ਆਬਾਦ ਹੋਣ, ਵਾਲੀਬਾਲ ਦੇ ਗਰਾਊਂਡ ਆਬਾਦ ਹੋਣ, ਕਬੱਡੀ ਦੇ ਗਰਾਊਂਡ ਆਬਾਦ ਹੋਣ। ਜਿਹੜੀ ਸਾਡੀ ਨਵੀਂ ਨਸਲ ਆ ਉਹ ਬਰਗਰ ਫੈਮਿਲੀ ਬਣੀ ਜਾਂਦੀ ਹੈ, ਕੋਈ ਕ੍ਰਿਕਟ ਨਹੀਂ ਖੇਡਣ ਦਿਆ, ਕੋਈ ਕਬੱਡੀ ਨਹੀਂ ਖੇਡਦਾ, ਕੋਈ ਹਾਕੀ ਨਹੀਂ ਖੇਡਦਾ, ਹਾਕੀ ਪਾਕਿਸਤਾਨ ਤਬਾਹ ਹੋ ਗਈ ਆ। ਇਹੀ ਪੈਗਾਮ ਆ ਮਹਿਫਲ ਮਿੱਤਰਾਂ ਦੀ। ਮੁਦੱਸਰ ਜੱਟ ਸਾਹਿਬ ਆਏ ਆ, ਇਹ ਮਹਿਫਲ ਮਿੱਤਰਾਂ ਦੀ ਦੁੱਲਾ ਗੁਣੀ ਸ਼ਾਮਲ ਹੁੰਦੇ ਆ, ਇਹ ਅੱਜ ਸੂਫੀ ਗੁਜਰ ਦੀ ਧਰਤੀ ਤੇ ਆਏ ਆ, ਸੂਫੀ ਗੁਜਰ ਦਸਤਰ ਆਏ ਆ। ਕਿਉਂ ਜੀ ਮੁਦੱਸਰ ਸਾਹਿਬ, ਦੱਸੋ ਕੀ ਪੈਗਾਮ ਹੁੰਦੇ ਹੋ? ਬਿਲਕੁਲ ਸਹੀ ਕਹਿ ਰਹੇ ਹੋ, ਕੈਮਰੇ ਤੋਂ ਦੇਖ ਕੋ ਨਾ, ਕੈਮਰਾ ਸਾਹਮਣੇ ਸਹੀ ਤੁਸੀਂ ਕਹਿ ਰਹੇ ਹੋ ਕਾ ਸਾਹਿਬ, ਕਿ ਸਾਡਾ ਜਿਹੜਾ ਕਲਚਰ ਆ ਸਾਡਾ ਪੰਜਾਬ ਦਾ ਉਹ ਖਤਮ ਹੁੰਦਾ ਜਾ ਰਿਹਾ, ਮੋਬਾਈਲ ਨੇ ਉਹਦੀ ਜਗ੍ਹਾ ਲੈ ਲਈ ਆ। ਅਸੀਂ ਲੋਕ ਆਪਣੇ ਰਸਮੋ ਰਿਵਾਜ਼, ਆਪਣੀ ਜ਼ੁਬਾਨ ਤੋਂ ਪਿੱਛੇ ਬਹੁਤ ਹਟ ਰਹੇ ਹਾਂ, ਦੂਸਰੇ ਲੋਕ ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰਦੇ ਆ, ਪੰਜਾਬੀ ਜਿਹੜੇ ਆ ਆਪਣੀ ਜ਼ੁਬਾਨ ਪ੍ਰਮੋਟ ਨਹੀਂ ਕਰਦੇ। ਅਤੇ ਪੰਜਾਬ ਸਾਡੀ ਪਹਿਚਾਣ ਆ ਪੰਜਾਬੀਆਂ ਦੀ, ਇਸ ਕਰਕੇ ਪੰਜਾਬੀ ਜ਼ੁਬਾਨ ਨੂੰ, ਰਸਮੋ ਰਿਵਾਜ਼ ਨੂੰ ਪ੍ਰਮੋਟ ਕਰੋ। ਲਓ ਜੀ ਮਹਿਫਲ ਮਿੱਤਰਾਂ ਦਾ ਇਹੀ ਪੈਗਾਮ ਆ ਪੂਰੇ ਪੰਜਾਬ ਨੂੰ, ਚੜ੍ਹਦੇ ਨੂੰ ਵੀ ਅਤੇ ਲਹਿੰਦੇ ਨੂੰ ਵੀ, ਕਨੇਡਾ ਵਿੱਚ ਬੈਠੇ ਪੰਜਾਬੀ ਨੂੰ ਵੀ, ਸੱਜਾਦ ਗੁੱਜਰ ਨੂੰ, ਸਾਡੇ ਭਰਾ ਸੱਜਾਦ ਗੁੱਜਰ ਨੂੰ ਜਿਹੜਾ ਬਹੁਤ ਦੀਵਾਨਾ ਵਾ ਪੰਜਾਬ ਦਾ ਅਤੇ ਪਾਕਿਸਤਾਨ ਦਾ, ਉਹਨੂੰ ਸਪੈਸ਼ਲ ਸਲਾਮ ਕਨੇਡਾ ਵਿੱਚ, ਔਰ ਜਿੱਥੇ ਇੱਥੇ ਪੰਜਾਬੀ ਭਰਾ ਇੰਗਲੈਂਡ, ਅਮਰੀਕਾ, ਦੁਬਈ, ਫੁਰਕਾਨ ਭਾਈ ਨੂੰ ਸਲਾਮ ਅਲੈਕੁਮ, ਬਾਹਰ ਅਲੀ ਰਜ਼ਾ ਧਰਾਣਾ ਨੂੰ ਸਲਾਮ ਅਲੈਕੁਮ, ਜਿਹੜੇ ਜਿਹੜੇ ਸਾਡਾ ਪ੍ਰੋਗਰਾਮ ਪਸੰਦ ਕਰਦੇ, ਲਾਈਕ ਕਰਦੇ ਸੀ, ਉਹਨਾਂ ਨਾਲ ਲਵਾਂਗੇ। ਲਾਈਕ ਕਰੋ ਅਤੇ ਫੀਡਬੈਕ ਭੇਜੋ, ਸ਼ੁਕਰੀਆ। ਜਾ ਹਈਓ ਜਾ ਕਰੋ।